होवे झगड़ा टेड़ा, ना दिसे कोई गम दा बेड़ा। ना कोई होवे झगड़ा टेड़ा, ना दिसे कोई गम दा बेड़ा। कौम तेरी सब एकजुट हो जाए, कौम तेरी सब एकजुट हो जाए, इको ही लाए जयकारा। कारी गूंजे अमृत बाणी, हाय हाय जपे जग सारा। हर कर गूंजे अमृत बाणी, हर हर जपे जग सारा। बाणी कंठ चो गावे, बाणी कंठ चो गावे, बसियो बाणी कंठ चो गावे। संत महात्मा भी बस तेरे, संत महात्मा भी बस तेरे, एक नाम दा करन पसारा। कारी कारी गूंजे अमृत बाणी, हाय हाय जपे जग सारा। हर कर गूंजे अमृत बाणी, हर हर जपे जग सारा। कंशी वाली धरती, धन्यो कंशी वाली धरती, धन्यो कंशी वाली धरती। चरना दे विच गंगा वगदी, नमस्कारा पइयो करदी, नमस्कारा पइयो करदी, नमस्कारा पइयो करदी। हरी संगत सब सतगुर ने, हरी संगत सब सतगुर ने, कीता सब दा पारी उतारा। कारी कारी गूंजे अमृत बाणी, हाय हाय जपे जग सारा। कारी कारी गूंजे अमृत बाणी, हर हर जपे जग सारा। जिस विच तेरा वासा, जिस विच तेरा वासा, जिस विच तेरा वासा। ऊंच नीच दा फर्क मिटा के दित्ता सब दरवासा, दित्ता सब दरवासा, दित्ता सब दरवासा। कह रब दास खलास चमारा, सुमीत हमारा। कारी कारी गूंजे अमृत बाणी, हाय हाय जपे जग सारा। कारी कारी गूंजे अमृत बाणी, हर हर जपे जग सारा। नाम मुकत को
Let's go.
ਕੇ ਨਾਮ ਕਬੀਰ ਉਜਾਗਰ ਜਲ ਜਲ ਕੇ ਪਾਟੇ ਪਾਗਰ ਨਿਮਤ ਨਾਮ ਦੇ ਦੂਤ ਪਿਆਰਾ ਤੋ ਜਗ ਜਨਮ ਸੰਕਟ ਨਹੀਂ ਆਇਆ ਜਗ ਰਵਦਾਸ ਰਾਮ ਰੰਗ ਰਾਤਾ ਜੋ ਗੁਰ ਪ੍ਰਸ਼ਾਦ ਨਰਕ ਨੇ ਜਾਤਾ ਜਪੋ ਜੀ ਸਤਨਾਮ ਸਤਨਾਮ ਕਰਤਲ ਤਾਗ ਕੇ ਹਰ 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 ਨਾ ਜਪੇ ਰਸਨਾ ਅਬਰ ਸਭ ਤਿਆਗ ਬਚਨ ਰਚਨਾ ਰਹੋ ਨਾਨਾ ਗਿਆਨ ਪ੍ਰਾਨ ਵੇਦ ਦੀ ਚੌਥੀ ਸਖਰ ਮਾਹੇ ਵਿਆਸ ਵਿਚਾਰ ਕਿਆ ਪਰਮਾਰਥ ਰਾਮ ਨਾਮ ਸਰਨਾਏ ਸਹਿ ਸਮਾਦ ਪਾਲ ਜਾ ਕੁੰ ਬੜੇ ਪਾਗ ਦੇ ਲਾਗੀ ਕਹਿ ਰਵਦਾਸ ਪ੍ਰਗਾਸ ਜੁਦੇ ਤਨ ਚੰਨ ਗੋ ਮਨ ਪੈ ਪਾਗੀ ਜਪ ਦਸਾ ਸਿਧ ਕਰਤ ਲੈ ਸਭ ਕਿਰਪਾ ਤੁਮਾਰੀ ਤੂੰ ਜਾਣ ਤੁਮੈ ਕਿਛ ਨਹੀਂ ਪਵਖੰਡਨ ਰਾਮ ਸਗਲ ਜੀ ਸਰਨਾਗਤੀ ਪ੍ਰਭ ਪੂਰਨ ਕਾਮ ਜੋ ਤੇਰੀ ਸਰਨਾਗਤਾ ਤਿੰਨ ਨਾਈ ਪਹਾੜ ਊਚ ਨੀਚ ਤੁਮ ਤੇ ਤਰੇ ਆਲੇ ਸੰਸਾਰ ਕਹਿ ਰਵਦਾਸ ਆ ਕਥ ਕਥਾ ਬਹੁ ਕਾਇ ਕਰੀਜੇ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਤਮਾ ਦੀਜੇ ਜਪੋ ਜੀ ਸਤਨਾਮ 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 ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਸਈਆ ਮੇਰਾ ਮਾਥੇ ਸ਼ਬਦ ਰਹੇ ਜਾ ਕੀ ਸ਼ੋਭ ਜਗ ਕੋ ਲਾਗੇ ਤਾ ਪਰ ਤੂੰ ਹੀ ਤਰੈ ਨੀਚੈ ਊਚ ਕਰੇ ਮੇਰਾ ਗੋਬਿੰਦ ਕਾਹੂ ਤੇਰਾ ਡਰੈ ਨਾਮ ਦੇਵ ਕਬੀਰ ਤਨ ਲੋਚਨ ਸਦਨਾ ਸਹਿਨ ਤਰੈ ਕਹਿ ਰਵਦਾਸ ਸੁਨੋ ਰੇ ਸੰਤੋ ਹਰ ਜੀਉ ਤੇ ਸਭੇ ਸਰੇ ਜਪੋ ਜੀ ਸਤਨਾਮ 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 ਧੰਨ ਧੰਨ ਯਕਤਗੁਰੂ ਸਤਿਗੁਰ ਰਵਿਦਾਸ ਜੀ ਮਹਾਰਾਜ ਭਗਵਾਨ ਵਾਲਮੀਕ ਜੀ ਮਹਾਰਾਜ ਭਗਵਾਨ ਸੰਭੂਪ੍ਰਿਤੀ ਜੀ ਮਹਾਰਾਜ ਸਤਗੁਰੂ ਨਾਮਦੇਵ ਜੀ ਮਹਾਰਾਜ ਸਤਿਗੁਰੂ ਕਬੀਰ ਜੀ ਮਹਾਰਾਜ ਸਤਿਗੁਰੂ ਕਬੀਰ ਜੀ ਮਹਾਰਾਜ ਸਤਿਗੁਰੂ ਸੈਨ ਜੀ ਮਹਾਰਾਜ ਸੰਤ ਮੀਰਾ ਬਾਈ ਜੀ ਮਹਾਰਾਜ ਭਗਵਾਨ ਸ਼੍ਰੀ ਚੰਦ ਜੀ ਮਹਾਰਾਜ ਸਤਿਗੁਰੂ ਰੰਕਾ ਜੀ ਮਹਾਰਾਜ ਸਤਿਗੁਰੂ ਬੰਕਾ ਜੀ ਮਹਾਰਾਜ ਸੰਤ ਭਿਰਨੀ ਜੀ ਮਹਾਰਾਜ ਸਭੀ ਸੰਤਾਂ ਮਹਾਂਪੁਰਸ਼ਾਂ ਦੇ ਸੇਵਾ ਸਿਮਰਨ ਅਤੇ ਨੇਕ ਕਮਾਈ ਵੱਲ ਧਿਆਨ ਕਰਕੇ ਜਪੋ ਜੀ ਸਤਨਾਮ 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 ਤਨ ਤਨ ਯਕਤਗੁਰੂ ਸਤਿਗੁਰ ਰਵਿਦਾਸ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਜਨਮ ਅਸਥਾਨ ਸ੍ਰੀ ਗੋਬਿੰਦਪੁਰ ਵਾਰਾਣਸੀ ਬੇਗਮਪੁਰ ਹਰਿਦੁਆਰ ਡੇਰਾ ਸਚਖੰਡ ਵੱਲੋਂ ਰਵਿਦਾਸੀਆ ਧਰਮ ਪ੍ਰਚਾਰ ਅਸਥਾਨ ਕਾਨਪੁਰ ਸਭੋ ਗੁਰਧਾਮੋ ਵੱਲ ਧਿਆਨ ਕਰਕੇ ਜਪੋ ਜੀ ਸਤਨਾਮ ਸਤਨਾਮ ਤਨ ਤਨ ਯਕਤਗੁਰੂ ਸਤਿਗੁਰ ਰਵਿਦਾਸ ਜੀ ਮਹਾਰਾਜ ਸਤਿਗੁਰ ਬਾਬਾ ਪਿਪਲ ਦਾਸ ਜੀ ਮਹਾਰਾਜ ਸਤਿਗੁਰ ਸਵਾਮੀ ਸਰਗੁਣ ਦਾਸ ਜੀ ਮਹਾਰਾਜ ਸਤਿਗੁਰ ਸਵਾਮੀ ਹਰਿਦਾਸ ਜੀ ਮਹਾਰਾਜ ਸਤਿਗੁਰ ਸਵਾਮੀ ਗਰੀਬ ਦਾਸ ਜੀ ਮਹਾਰਾਜ ਕੌਮ ਦੇ ਅਮਰ ਸ਼੍ਰੀ ਸੰਤ ਰਾਮਾਨੰਦ ਜੀ ਮਹਾਰਾਜ ਸਭੀ ਸੰਤਾਂ ਮਹਾਂਪੁਰਸ਼ਾਂ ਦੇ ਸੇਵਾ ਸਿਮਰਨ ਅਤੇ ਨੇਕ ਕਮਾਈ ਵੱਲ ਧਿਆਨ ਕਰਕੇ ਜਪੋ ਜੀ ਸਤਨਾਮ ਸਤਨਾਮ ਧੰਨ ਧੰਨ ਯਕਤਗੁਰ ਰਵਿਦਾਸ ਜੀ ਮਹਾਰਾਜ ਧੰਨ ਧੰਨ ਯਕਤਗੁਰੂ ਸਤਿਗੁਰ ਰਵਿਦਾਸ ਜੀ ਮਹਾਰਾਜ ਜੀ ਦੇ ਬੇਗਮਪੁਰ ਦੇ ਸੰਤਾਂ ਨੂੰ ਅਮਲੀ ਜਾਮਾ ਪਹਿਨਾਉਣ ਵਾਲੇ ਯੁਗ ਪੁਰਸ਼ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ ਸਖ਼ਤ ਮਿਹਨਤ ਅਤੇ ਨੇਕ ਕਮਾਈ ਵੱਲ ਧਿਆਨ ਕਰਕੇ ਜਪੋ ਜੀ ਸਤਨਾਮ 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 ਹਮ ਸਰ ਦੀਨ ਦਿਆਲ ਨਾ ਤੁਮ ਸਾਰਾ ਪਤੀ ਆਰ ਕੇ ਕੀ ਜੈ ਬਚਨੀ ਧੋਰ ਮੋਰ ਮਨ ਮਾਨੇ ਜਨ ਕੋ ਪੂਰਨ ਦੀ ਜੈ ਹੋ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕੌਣ ਮੋਰ ਹਾਉ ਬਹੁਤ ਜਨਮ ਪਿਛੜੇ ਤੇ ਮਾਧੋ ਇਹ ਜਨਮ ਤੁਮਾਰੇ ਲਿਖੇ ਕਹਿ ਰਵਦਾਸ ਆਸ ਲਗ ਜੀਵੋ ਚਿਰ ਪ੍ਰਭੋ ਦਰਸ਼ਨ ਦੇਖੇ ਜਪੋ ਜੀ ਸਤਨਾਮ 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 ਤਨ ਤਨ ਯਕਤਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਸਤਿਗੁਰੂ ਸਵਾਮੀ ਸਰਗੁਣ ਦਾਸ ਜੀ ਮਹਾਰਾਜ ਆਪ ਜੀ ਦੀਆਂ ਨਿੱਘੀਆਂ ਆਸ਼ੀਰਵਾਦਾਂ ਸਹਿਤ ਆਪ ਜੀ ਦੇ ਪਾਵਨ ਪਵਿੱਤਰ ਆਪ ਜੀ ਦੇ ਪਾਵਨ ਪਵਿੱਤਰ ਉਦੇਸ਼ਾਂ ਦੇ ਨਾਲ ਤਨ ਤਨ ਯਕਤਗੁਰੂ ਰਵਿਦਾਸ ਜੀ ਮਹਾਰਾਜ ਸਤਿਗੁਰੂ ਸਵਾਮੀ ਸਰਗੁਣ ਦਾਸ ਜੀ ਮਹਾਰਾਜ ਅੱਜ ਰਵਿਦਾਸੀਆ ਧਰਮ ਪ੍ਰਚਾਰ ਅਸਥਾਨ ਕਾਨਪੁਰ ਵਿਖੇ ਸ਼੍ਰੀ ਅਕਸਰ ਸੰਤ ਸੁਰਿੰਦਰ ਦਾਸ ਬਾਬਾ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਸਰਪ੍ਰਸਤੀ ਹੇਠ ਯਕਤਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 693 ਆਗਮਨ ਪੁਰਬ ਅਤੇ ਰਵਿਦਾਸੀਆ ਧਰਮ ਦੇ 11ਵਾਂ ਸਥਾਪਨਾ ਦਿਵਸ ਅਤੇ ਸਤਿਗੁਰੂ ਸਵਾਮੀ ਸਰਵਨ ਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਸੰਤ ਸੰਮੇਲਨ ਕਰਾਇਆ ਜਾ ਰਿਹਾ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਨੀ ਆ ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਜਾਪ ਨਿਰਵਿਘਨਤਾ ਹੋਇਆ ਅੱਜ ਦੇ ਪਾਵਨ ਪਵਿੱਤਰ ਜਾਪ ਆਪ ਜੀ ਦੇ ਦਰ ਕਰਦੇ ਸੇਵਕ ਪਰਿਵਾਰ ਸੇਵਾਦਾਰਾਂ ਵੱਲੋਂ ਸ਼੍ਰੀਮਾਨ ਸ਼੍ਰੀ ਅਮਰਜੀਤ ਜੀ ਸੋਪਾਲ ਬੀਬੀ ਮਨਜੀਤ ਕੌਰ ਜੀ ਸਮੂਹ ਪਰਿਵਾਰ ਕੈਪਟਨ ਯੂ ਕੇ ਪਰਿਵਾਰ ਦੀ ਸਮੂਹ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਅਤੇ ਦੂਸਰੇ ਪਾਵਨ ਪਵਿੱਤਰ ਜਾਪ ਸ੍ਰੀ ਸਮਨ ਲਾਲ ਬੀਬੀ ਤੇਜਿੰਦਰ ਸਮੂਹ ਪਰਿਵਾਰ ਚੰਡੀਗੜ੍ਹ ਨਿਵਾਸੀਆਂ ਵੱਲੋਂ ਸਮੂਹ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਧੰਨ ਧੰਨ ਜਗਤਗੁਰੂ ਰਵਿਦਾਸ ਜੀ ਮਹਾਰਾਜ ਆਪ ਜੀ ਦੇ ਸੇਵਕ ਪਰਿਵਾਰ ਵਾਲੇ ਆਪ ਜੀ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕੀਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਆਪ ਜੀ ਦੇ ਪਾਵਨ ਪਵਿੱਤਰ ਜਾਪ ਕਰਾਏ ਸਤਿਗੁਰੂ ਜੀ ਜਿਨ੍ਹਾਂ ਮਨੋਕਾਮਨਾ ਨੂੰ ਲੈ ਕਰਕੇ ਪਰਿਵਾਰ ਨੇ ਸਾਰੇ ਸ਼ੁਭ ਕਾਰਜ ਕੀਤੇ ਸਤਿਗੁਰੂ ਜੀ ਇਹਨਾਂ ਦਾ ਫਲਾ ਦੇ ਆਪ ਜੀ ਨੇ ਪਰਿਵਾਰ ਨੂੰ ਸਮੂਹ ਸੰਗਤਾਂ ਨੂੰ ਬਖਸ਼ਿਸ਼ ਕਰਨਾ ਧੰਨ ਧੰਨ ਜਗਤਗੁਰੂ ਰਵਿਦਾਸ ਜੀ ਮਹਾਰਾਜ ਬੱਚਿਆਂ ਨੂੰ ਨਾਮਦਾਨ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਸੇਵਾ ਸਿਮਰਨ ਕਰਨ ਦਾ ਬਲ ਬਹੁਤ ਬਖਸ਼ਿਸ਼ ਕਰਨਾ ਨਸ਼ਿਆਂ ਤੋਂ ਦੂਰ ਰੱਖਣਾ ਸ਼ੁਭ ਕਾਰਜਾਂ ਵਿੱਚ ਲਗਾਉਣਾ
ਦੇਸਾਂ ਵਿਦੇਸਾਂ ਵਿੱਚ ਬੈਠੇ ਹੋਏ ਬੱਚਿਆਂ ਦੇ ਅੰਗ ਸੰਸਾਰ ਤੱਕ ਨੇ ਧੰਨ ਧੰਨ ਜਪੂ ਰਵਿਦਾਸ ਜੀ ਮਹਾਰਾਜ ਆਪ ਜੀ ਦੇ ਸੇਵਕਾਂ ਵੱਲੋਂ ਆਪ ਜੀ ਨੂੰ ਸੁੰਦਰ ਸੁੰਦਰ ਮਾਲਾ ਸਾਹਿਬ ਪਹਿਨਾਇਆ ਗਿਆ ਕਿਰਪਾ ਕਰਨ ਸੇਵਕਾਂ ਦੇ ਪਰਦੇ ਚੜ੍ਹੇ ਧੰਨ ਧੰਨ ਜਪੂ ਰਵਿਦਾਸ ਜੀ ਮਹਾਰਾਜ ਆਈਆਂ ਹੋਈਆਂ ਸੰਗਤਾਂ ਦੀਆਂ ਹਾਜ਼ਰੀਆਂ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਨੀਆਂ ਜੋ ਜੋ ਸੰਗਤਾਂ ਨੇ ਆਪ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਜਾਪ ਸਮਰ ਕੀਤੇ ਇਹਨਾਂ ਦੀਆਂ ਹਾਜ਼ਰੀਆਂ ਆਪ ਜੀ ਨੇ ਬੇਗਮਪੁਰਾ ਸੱਚਖੰਡ ਵਿਖੇ ਪ੍ਰਵਾਨ ਕਰਨੀਆਂ ਜੋ ਜੋ ਸੇਵਾਦਾਰ ਆਪ ਜੀ ਦੇ ਦਰ ਕਰਨ ਤੋਂ ਕਈ ਰੋਜ਼ ਤੋਂ ਸੇਵਾਵਾਂ ਨਿਭਾਇਆ ਆਪ ਜੀ ਸੇਵਾਦਾਰਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਸੰਤ ਮਹਾਂਪੁਰਸ਼ ਇੱਕ ਸੰਤ ਮਹਾਂਪੁਰਸ਼ ਆਪ ਜੀ ਦੀ ਅੰਮ੍ਰਿਤ ਬਾਣੀ ਦਾ ਪ੍ਰਚਾਰ ਪ੍ਰਸਾਰ ਪੂਰੇ ਵਿਸ਼ਵ ਦੇ ਕੋਨੇ ਕੋਨੇ ਵਿੱਚ ਕਰਦੇ ਸਤਿਗੁਰੂ ਜੀ ਆਪ ਜੀ ਨੇ ਸੰਤਾਂ ਮਹਾਂਪੁਰਸ਼ਾਂ ਨੂੰ ਵੀ ਆਸ਼ੀਰਵਾਦ ਬਖਸ਼ਿਸ਼ ਕਰਨੇ ਇਸੇ ਤਰ੍ਹਾਂ ਪੂਰੇ ਵਿਸ਼ਵ ਦੇ ਅੰਦਰ ਆਪ ਜੀ ਦੇ ਹਰ ਦਿਸ਼ਾ ਝੁੱਲਦੇ ਰਹਿਣ ਆਪ ਜੀ ਨੇ ਸੰਤਾਂ ਮਹਾਂਪੁਰਸ਼ਾਂ ਨੂੰ ਪਾਵਨ ਪੁੱਤਰ ਆਸ਼ੀਰਵਾਦ ਬਖਸ਼ਿਸ਼ ਕਰਨੇ ਦੇ ਰੋਗਤਾ ਬਖਸ਼ਿਸ਼ ਕਰਨੀ ਤਾਂ ਤਾਂ ਜਗਤੂ ਰਵਿਦਾਸ ਜੀ ਮਹਾਰਾਜ ਆਪਣੇ ਬੱਚਿਆਂ ਪਾਸੋਂ ਆਪ ਜੀ ਨੇ ਦਾਨ ਕਰਾਉਣਾ ਡੰਗ ਤੋਂ ਵਜਾਉਣਾ ਆਪ ਜੀ ਦਾ ਹੁਕਮਨਾਮਾ ਹੈ ਧਨ ਕੇ ਭਾਗੀ ਚਾਰ ਹੈ ਧਰਮ ਚੋਰ ਨਰ ਭਾਗ ਧਰਮ ਹਿੱਤ ਜੋ ਲਾਏਗਾ ਤਿੰਨ ਕਹਿ ਬੜ ਭਾਗ ਸਤਿਗੁਰੂ ਜੀ ਕਿਰਪਾ ਕਰਨੀ ਆਪਣੇ ਬੱਚਿਆਂ ਦੇ ਪਾਸੋਂ ਦਾਨ ਕਰਾਉਣਾ ਡੰਗ ਤੋਂ ਵਜਾਉਣਾ ਤਾਂ ਤਾਂ ਜਗਤੂ ਰਵਿਦਾਸ ਜੀ ਮਹਾਰਾਜ ਪਰਿਵਾਰਾਂ ਨੂੰ ਸੁੱਖ ਸ਼ਾਂਤੀਆਂ ਬਖਸ਼ਿਸ਼ ਕਰਨੀਆਂ ਪਰਿਵਾਰਾਂ ਵਿੱਚ ਵਾਧੇ ਕਰਨੇ ਇੱਜ਼ਤ ਮਾਣ ਵਡਿਆਈਆਂ ਬਖਸ਼ਿਸ਼ ਕਰਨੀਆਂ ਆਪ ਜੀ ਦੇ ਸੇਵਕਾਂ ਨੇ ਜਿਨ੍ਹਾਂ ਮਨੋਕਾਮਨਾ ਲੱਕੜ ਤੇ ਆਪ ਜੀ ਨੂੰ ਸੁੰਦਰ ਸੁੰਦਰ ਪੁਸ਼ਾਕੇ ਸੁੰਦਰ ਸੁੰਦਰ ਮਾਲੇ ਪਹਿਨ ਲਾਏ ਹਨ ਸਤਿਗੁਰੂ ਜੀ ਆਪ ਜੀ ਨੇ ਪਰਿਵਾਰਾਂ ਦੀਆਂ ਮਾਣ ਇੱਜ਼ਤ ਮਾਣ ਵਡਿਆਈਆਂ ਬਖਸ਼ਿਸ਼ ਕਰਨੀਆਂ ਤਾਂ ਤਾਂ ਜਗਤੂ ਰਵਿਦਾਸ ਜੀ ਮਹਾਰਾਜ ਇਸ ਵੇਲੇ ਦੀ ਅਰਦਾਸ ਸਤਿਗੁਰੂ ਜੀ ਆਪ ਜੀ ਦੀ ਪਾਵਨ ਪਵਿੱਤਰ ਰਸਨਾ ਵਾਸਤੇ ਕੜਾ ਪ੍ਰਸ਼ਾਦ ਦੀ ਦੇਗ ਦਰ ਹਾਜ਼ਰ ਹੈ ਕਹਿ ਰਵਿਦਾਸ ਨਾਮ ਤੇ ਰੋ ਆਰਤੀ ਸੰਤ ਨਾਮ ਹੈ ਹਰ ਭੋਗ ਕੁਆਰੇ ਆਪ ਜੀ ਨੂੰ ਭੋਗ ਲੱਗੇ ਭੋਗ ਲੱਗਿਆ ਹੋਇਆ ਪ੍ਰਸਾਦ ਸਾਧ ਸੰਗਤ ਦੇ ਰਸਨੀ ਲਾਇਕ ਹੋਵੇ ਜੋ ਜੋ ਛਕੇ ਆਪ ਜੀ ਦਾ ਪਾਵਨ ਪਵਿੱਤਰ ਨਾਮ ਸਤਨਾਮ 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 ਜਪੇ ਧੰਨ ਧੰਨ ਜਗਤਗੁਰੂ ਸਤਿਗੁਰ ਰਵਿਦਾਸ ਜੀ ਮਹਾਰਾਜ ਸਤਿਗੁਰੂ ਸਵਾਮੀ ਸਰਬੰਦਾਸ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਨਾਮ ਦੀ ਚੜ੍ਹਦੀ ਹੋਵੇ ਕਲਾ ਕਰਦੀ ਪੀੜਾ ਤੇਰੇ ਭਾਣੇ ਸਰਬਤਦਾਈ ਬਣ ਹਰ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ ਦੇ ਨਾਲ ਰੋਜ ਕੇ ਜਾਏਂਗੇ ਸਤ ਪਾ ਕੇ ਰਵਿਦਾਸ ਰਵਿਦਾਸ ਇਹ ਗ੍ਰੰਥ ਹੈ ਪੜ੍ਹੇ ਸੁਣੇ ਮਨ ਲਾਏ ਸਭ ਹੀ ਪਦਾਰਥ ਮਿਲੇਂਗੇ ਇਸ ਸੇ ਸਭ ਵਰ ਪਾਏ ਐਸਾ ਚਾਹੂੰ ਰਾਜ ਮੈਂ ਜਾਂ ਮਿਲੇ ਸਭਨ ਕੋ ਅੰਨ ਛੋਟੇ ਬੜੇ ਸਭ ਸਮਭਸੈ ਰਵਿਦਾਸ ਰਹੇ ਪ੍ਰਸੰਨ ਜੋ ਬੋਲੇ ਸੋ ਨਿਰਭੈ ਜਗ ਗੁਰੂ ਰਵਿਦਾਸ ਮਹਾਰਾਜ ਕੀ ਹੈ ਜੋ ਬੋਲੇ ਸੋ ਨਿਰਭੈ ਸਤਿਗੁਰ ਬਾਬਾ ਪਿੱਪਲਦਾਸ ਮਹਾਰਾਜ ਕੀ ਹੈ ਜੋ ਬੋਲੇ ਸੋ ਨਿਰਭੈ ਸਤਿਗੁਰੂ ਸਵਾਮੀ ਸਰਬੰਦਾਸ ਮਹਾਰਾਜ ਕੀ ਹੈ ਜੋ ਬੋਲੇ ਸੋ ਨਿਰਭੈ ਸਤਿਗੁਰੂ ਸਵਾਮੀ ਹਰਿਦਾਸ ਮਹਾਰਾਜ ਕੀ ਹੈ ਜੋ ਬੋਲੇ ਸੋ ਨਿਰਭੈ ਸਤਿਗੁਰੂ ਸਵਾਮੀ ਗਰੀਬਦਾਸ ਮਹਾਰਾਜ ਕੀ ਹੈ ਜੋ ਬੋਲੇ ਸੋ ਨਿਰਭੈ ਕੌਂਦੇ ਅਮਰ ਸ਼੍ਰੀ ਸਤਰਾਮਨ ਮਹਾਰਾਜ ਕੀ ਹੈ ਸਰਬ ਭੇਖ ਭਗਵਾਨ ਕੀ ਹੈ ਜੈ ਗੁਰਦੇਵ ਸਤਨਾਮ ਸਤਨਾਮ ਮਹਾਨ ਦਿਨ ਹੈ ਜਗ ਗੁਰੂ ਰਵਿਦਾਸ ਜੀ ਮਹਾਰਾਜ ਮਹਾਨ ਹੈ ਗੁਰੂਆਂ ਦੇ ਗੁਰੂ ਰਾਜੇ ਦੇ ਰਾਜ ਗੁਰੂ ਜਗ ਗੁਰੂ ਸਤਿਗੁਰ ਰਵਿਦਾਸ ਜੀ ਮਹਾਰਾਜ ਜੀ ਜਿਨ੍ਹਾਂ ਦੇ ਅੱਜ ਮਹਾਨ ਆਗਮਨ ਪੁਰਬ ਸ੍ਰੀ ਅਕਸਰ ਸਾਹਿਬ ਸੰਤ ਦਾਸ ਬਾਜ ਮਹਾਰਾਜ ਜਿਨ੍ਹਾਂ ਦੀ ਸਰਪ੍ਰਸਤੀ ਹੈ ਰਵਿਦਾਸ ਧਰਮ ਪ੍ਰਚਾਰ ਸਥਾਨ ਕਾਨਪੁਰ ਵਿਖੇ ਜਗ ਗੁਰੂ ਰਵਿਦਾਸ ਜੀ ਮਹਾਰਾਜ ਦੇ ਸ੍ਰੀ ਸੰਤ ਪਾਣੀ ਆਗਮਨ ਪੁਰਬ ਰਵਿਦਾਸ ਧਰਮ ਦੇ 11ਵਾਂ ਸਥਾਪਨਾ ਦਿਵਸ ਅਤੇ ਸਤਿਗੁਰ ਸਵਾਮੀ ਸਰਬੰਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਜਨਮਦਿਨ ਮਨਾਇਆ ਜਾ ਰਿਹਾ ਹੈ ਪਰ ਨਾਲ ਹੀ ਸੰਗਰਾਂਦ ਦੇ ਸੁੱਖ ਦਿਹਾੜੇ ਹਨ ਤੋਂ ਅੱਜ ਦੇ ਪਾਵਨ ਪਵਿੱਤਰ ਜਾਪ ਅੰਮ੍ਰਿਤ ਵੇਲੇ ਤੋਂ ਸਤਿਗੁਰ ਰਵਿਦਾਸ ਜੀ ਮਹਾਰਾਜ ਜੀ ਦੇ ਜੋ ਪਾਵਨ ਪਵਿੱਤਰ ਜਾਪ ਸ਼੍ਰੀ ਅਮਰਜੀਤ ਸੋਪਾਲ ਬੀਬੀ ਮਨਜੀਤ ਕੌਰ ਸਮੂਹ ਪਾਕ ਸਮੂਹ
ਜਿਹੜੀ ਚਮਕਦਾਰ ਜੀ ਦੀ ਜਿਹੜਾ ਜੀ ਸੂ ਪਰਿਵਾਰ ਚੰਡੀਗੜ੍ਹ ਵਾਲੇ ਹੋ ਆ ਸਤਪੁਰਾ ਚਾਰਾਂ ਵਿੱਚ ਆਪਣੀਆਂ ਹਾਜ਼ਰੀਆਂ ਦੇ ਲਗਾਈਆਂ ਸੋ ਮੈਂ ਬੇਨਤੀ ਕਰਦੀ ਹਾਂ ਕਿ ਜਿੰਨੇ ਵੀ ਸਾਡੇ ਸੰਗੀਤ ਅਕੈਡਮੀ ਦੇ ਬੱਚੇ ਹਨ ਉਹ ਮੰਚ ਤੇ ਉਹਨਾਂ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਪ੍ਰਾਪਤ ਕਰਕੇ ਔਰ ਸਤਪੁਰਾ ਦੇ Thank you.
ਜਿਨ੍ਹਾਂ ਨੇ ਕਿ ਭਾਰਤ ਦਾ ਸੰਵਿਧਾਨ ਲਿਖ ਕੇ ਸਾਡੀ ਕੌਮ ਨੂੰ ਉੱਚਾ ਚੁੱਕਿਆ, ਇਸਤਰੀ ਨੂੰ ਪੈਰਾਂ ਦੀ ਜੁੱਤੀ ਤੋਂ ਲੈ ਕੇ ਸਿਰ ਦਾ ਤਾਜ ਬਣਾ ਕੇ ਅੱਗਿਆ, ਉਹ ਕਦਮ ਦੇ ਧਰੀ ਸਨ। ਇਹ ਵੀ ਡਾਕਟਰ ਬੀ ਆਰ ਅੰਬੇਦਕਰ ਬਾਬਾ ਸਾਹਿਬ ਜੀ, ਤੇ ਹੁਣ ਮੈਂ ਗੱਲ ਕਰਾਂ ਕਿ ਅੱਜ ਦੇ ਬਾਬਾ ਸਾਹਿਬ ਜੀ ਸਨ ਸਿਕੰਦਰ ਦਾਸ ਬਾਬਾ ਜੀ। ਹੁਣ ਦੋਨਾਂ ਨੂੰ ਇਕੱਠੇ ਕਰ ਲਈਏ, ਡਾਕਟਰ ਬੀ ਆਰ ਅੰਬੇਦਕਰ ਬਾਬਾ ਜੀ ਤੇ ਸਾਨੂੰ ਸਿਕੰਦਰ ਦਾਸ ਬਾਬਾ ਜੀ, ਆਓ ਦੋਨਾਂ ਦੇ ਨਾਮ ਤੇ ਆਪਾਂ ਇਹ ਧਾਰਨਾ ਸਮਝਣ ਲੱਗੇ।